ਹੁਣ ਮੈਨੂੰ ਤਾਂ ਇੱਕ ਸਮਝ ਨਹੀਂ ਆਉਂਦੀ, ਸਾਰੀਆਂ ਪਾਰਟੀਆਂ ਸੁਣੇ ਸਾਡੀ ਪਾਰਟੀ ਬਿਜਲੀ 'ਤੇ ਪੈ ਗਈ, ਪਰ ਲੋਕ ਬੜੇ ਸਿਆਣੇ ਨੇ, ਲੋਕ ਬਿਜਲੀ ਬਾਰੇ ਸੋਚਣਗੇ ਵੀ ਅਤੇ ਜਵਾਬ ਵੀ ਦੇਣਗੇ ਸਾਨੂੰ। ਬਿਨਾਂ ਸਿਰ ਪੈਰ ਤੋਂ ਪੋਲੀਟੀਕਲ ਬੰਦਿਆਂ ਨੂੰ ਜੇ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਬਿਜਲੀ ਤਾਂ ਅਸੀਂ ਸਸਤੀ ਕਰਨੀ ਆ ਜਾਂ ਮਹਿੰਗੀ ਕਰਨੀ, ਇਹ ਬਿਆਨਾਂ ਨਾਲ ਨਹੀਂ ਹੁੰਦੀ, ਇਹ ਕੰਮ ਕਰਨ ਨਾਲ ਹੁੰਦੀ। ਮੈਨੂੰ ਸੀਐਮ ਸਾਹਿਬ ਦੀ ਵੀ ਕਈ ਵਾਰ ਨਾਰਾਜ਼ਗੀ ਬਹੁਤ ਜ਼ਿਆਦਾ ਝੱਲਣੀ ਪੈਂਦੀ ਆ, ਮੈਂ ਉਹਨਾਂ ਦੀ ਰਿਸਪੈਕਟ ਵੀ ਬੜੀ ਕਰਦਾ, ਮੈਂ ਉਹਨਾਂ ਦੇ ਬੱਚਿਆਂ ਵਰਗਾ ਵੀ ਹਾਂ, ਪਰ ਉਹ ਜਦੋਂ ਮੈਂ ਬੋਲ ਪੈਂਦਾ ਤਾਂ ਮੈਨੂੰ ਕਹਿੰਦੇ ਤੂੰ ਵੱਧ ਬੋਲ ਗਿਆ, ਅਤੇ ਜਦੋਂ ਤੁਸੀਂ ਚੈਨਲ ਵਾਲੇ ਖੜੇ ਹੋ ਕੇ ਪੁੱਛ ਦਿਓ ਤਾਂ ਬੋਲਾਂਗੇ ਨਾ, ਤਾਂ ਜਵਾਬ ਕਿਹਨੂੰ ਦੇਵਾਂਗੇ। ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ। ਉੱਥੇ ਉਹਨਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪਣੇ ਹੀ ਅੰਦਾਜ਼ ਦੇ ਵਿੱਚ ਸਿਆਸੀ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਸਾਧੇ ਗਏ। ਇਸ ਦੌਰਾਨ ਬਿਜਲੀ ਦੇ ਮੁੱਦੇ ਤੇ ਬੋਲਦੇ ਹੋਏ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਮੁੱਦੇ ਤੇ ਬੇਵਕੂਫ ਨਹੀਂ ਬਣਾਇਆ ਜਾ ਸਕਦਾ, ਫਿਰ ਚਾਹੇ ਉਹ ਉਹਨਾਂ ਦੀ ਆਪਣੀ ਸਰਕਾਰ ਹੋਵੇ, ਚਾਹੇ ਅਕਾਲੀ ਦਲ ਤੇ ਚਾਹੇ ਆਮ ਆਦਮੀ ਪਾਰਟੀ। ਉਹਨਾਂ ਕਿਹਾ ਕਿ ਲੋਕ ਬਹੁਤ ਸਿਆਣੇ ਹੋ ਚੁੱਕੇ ਨੇ ਤੇ ਲੋਕ ਆਪਣੀ ਮਤ ਦਾ ਇਸਤੇਮਾਲ ਬੜੇ ਧਿਆਨ ਨਾਲ ਕਰਦੇ ਨੇ। ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਹਮੇਸ਼ਾ ਹੀ ਹਰੇਕ ਰਾਜਨੀਤਿਕ ਪਾਰਟੀ ਦੇ ਪ੍ਰਧਾਨ ਬਦਲਦੇ ਰਹਿੰਦੇ ਨੇ। ਇਸ ਤੋਂ ਪਹਿਲਾਂ ਸੁਨੀਲ ਕੁਮਾਰ ਜਾਖੜ ਸਨ ਤੇ ਉਹਨਾਂ ਤੋਂ ਪਹਿਲਾਂ ਬੀਬੀ ਰਜਿੰਦਰ ਕੌਰ ਭੱਠਲ। ਉਹਨਾਂ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਹਰ ਇੱਕ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦੇ ਨਾਲ ਜਦ ਮੰਤਰੀ ਸੁੱਖੀ ਰੰਧਾਵਾ ਨੂੰ ਕੈਪਟਨ ਸਾਹਿਬ ਦੇ ਨਾਲ ਨਾਰਾਜ਼ਗੀ ਦੀ ਵਜ੍ਹਾ ਪੁੱਛੀ ਗਈ ਤਾਂ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਕਰਕੇ ਉਹਨਾਂ ਦੇ ਕੋਲੋਂ ਖਫਾ ਰਹਿੰਦੇ ਨੇ ਕਿਉਂਕਿ ਉਹ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪਣੇ ਬੇਬਾਕ ਅੰਦਾਜ਼ ਨਾਲ ਜਵਾਬ ਦਿੰਦੇ ਨੇ। ਉਹਨਾਂ ਕਿਹਾ ਕਿ ਹੁਣ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ 6 ਕੁ ਮਹੀਨੇ ਦਾ ਸਮਾਂ ਰਹਿ ਗਿਆ ਤੇ ਕਾਂਗਰਸ ਪਾਰਟੀ ਆਪਣੀ ਤਿਆਰੀਆਂ ਵਿੱਚ ਲੱਗੀ ਹੋਈ ਹੈ। ਮੈਂ ਇੱਥੇ ਗੁਰੂ ਗ੍ਰੰਥ ਸਾਹਿਬ, ਮੈਂ ਵੈਸੇ ਵੀ ਆਉਂਦਾ ਇਹਦੇ ਨਾਲ ਮੱਥਾ ਟੇਕਣ ਲਈ, ਇੱਥੇ ਗੁਰੂ ਸਾਹਿਬ ਦੇ ਕੋਲ ਆਇਆ, ਮੱਥਾ ਟੇਕਣ ਆਇਆ ਔਰ ਅਰਦਾਸ ਕਰਨ ਆਇਆ। ਮੈਂ ਨਹੀਂ ਆਉਂਦਾ, ਸਾਰਾ ਕਿੰਨੀ ਸੰਗਤ ਆਉਂਦੀ ਹੈ, ਸਾਰੇ ਸਿੱਖ ਆਉਂਦੇ ਨੇ, ਪਰ ਜਦੋਂ ਕੋਈ ਪੋਲੀਟੀਕਲ ਬੰਦਾ ਆ ਜਾਂਦਾ ਉਦੋਂ ਤੁਸੀਂ ਵੀ ਦੌੜ ਕੇ ਆ ਜਾਂਦੇ ਹੋ, ਇਸ ਕਰਕੇ ਉਹਨਾਂ ਜਿਹੜੀ ਆਮ ਸੰਗਤ ਹੈ ਉਹਨਾਂ ਦਾ ਵੀ ਜ਼ਰੂਰ ਇੰਟਰਵਿਊ ਲਿਆ ਕਰੋ ਕਿ ਕਿਉਂ ਮੱਥਾ ਟੇਕਣ ਆਇਓ। ਦੇਖੋ, ਮੈਂ ਇਹਨੂੰ ਬੜਾ ਸੀਰੀਅਸਲੀ ਦੇਖ ਰਿਹਾ, ਇਹਦੇ 'ਚ ਬੜਾ ਵੱਡਾ ਕੁਐਸਚਨ ਮਾਰਕ ਆ, ਬੜੀ ਵੱਡੀ ਇਹਦੇ ਉੱਤੇ ਵੱਖ ਵੱਖ ਜਿਹੜੀਆਂ ਚੀਜ਼ਾਂ ਦੇ ਉੱਤੇ ਪਹਿਲੂਆਂ ਦੇ ਉੱਤੇ ਸਾਨੂੰ ਇਹਨੂੰ ਖੋਖਣਾ ਪਏਗਾ, ਇਹਦੇ 'ਤੇ ਧਿਆਨ ਦੇਣਾ ਪਏਗਾ, ਪੁਲਿਸ ਨੂੰ ਹੋਰ ਸਟਰੋਂਗ ਕਰਨਾ ਪਏਗਾ, ਉਹਨਾਂ ਦਾ ਸਿਕਿਉਰ ਕੱਸਣਾ ਪਏਗਾ। ਸਿਕਿਉਰ ਮੈਂ ਇਸ ਕਰਕੇ ਕਿਹਾ ਕਿ ਇਹ ਜਿਹੜੀਆਂ ਵਾਰਦਾਤਾਂ, ਡੇ ਲਾਈਟ ਮਰਡਰ, ਡੇਰ ਬਾਬਾ ਨਾਨਕ ਦਾ ਮਰਡਰ ਹੋਇਆ, ਫਤਿਹਗੜ੍ਹ ਚੂੜੀਆਂ ਹੋਇਆ, ਫਿਰ ਉਹਦੇ ਬਾਅਦ ਅੰਮ੍ਰਿਤਸਰ 'ਚ ਹੋ ਗਿਆ, ਉਹਦੇ ਬਾਅਦ ਇੱਥੇ ਹੋਣਾ ਚੰਡੀਗੜ੍ਹ ਦੇ ਮੋਹਾਲੀ ਦੇ ਵਿੱਚ ਕਤਲ ਹੋਣਾ, ਇਹ ਸਾਡੇ ਲਈ ਬੜੀ ਮੈਂ ਕਹੂੰਗਾ ਕਿ ਸ਼ਰਮ ਵਾਲੀ ਗੱਲ ਹੈ ਕਿ ਇਹਨਾਂ ਕਤਲਾਂ ਨੂੰ ਰੋਕਣਾ ਔਰ ਜਿਨ੍ਹਾਂ ਜ਼ਿਲ੍ਹਿਆਂ 'ਚ ਹੋਏ ਨੇ ਉਹਨਾਂ ਆਫਿਸਰਾਂ ਦੇ ਉੱਤੇ ਵੀ ਸਖ਼ਤ ਐਕਸ਼ਨ ਹੋਣਾ ਚਾਹੀਦਾ। ਰਾਜਨੀਤੀ ਜ਼ਿਆਦਾ ਹੋ ਰਹੀ ਹੈ, ਰਾਜਨੀਤੀ ਵੇਖੋ, ਕਤਲਾਂ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਬੈਠ ਕੇ ਧਿਆਨ ਦੇਣਾ ਚਾਹੀਦਾ। ਰਾਜਨੀਤੀ ਕਰਨਾ, ਮੇਰਾ ਖਿਆਲ ਹੈ ਕਿ ਜਿਹੜੇ ਪਰਿਵਾਰ ਦਾ ਜੀ ਚਲਾ ਜਾਂਦਾ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਉਹਨਾਂ ਦਾ ਨੌਜਵਾਨ ਪੁੱਤ ਅਤੇ ਜਦੋਂ ਜਾਂਦਾ ਤਾਂ ਉਹਦੇ 'ਤੇ ਰਾਜਨੀਤੀ ਕਰੀਏ ਤਾਂ ਸ਼ਰਮ ਵਾਲੀ ਗੱਲ ਹੈ। ਦੇਖੋ, ਹੁਣ ਮੈਨੂੰ ਤਾਂ ਇੱਕ ਸਮਝ ਨਹੀਂ ਆਉਂਦੀ, ਸਾਰੀਆਂ ਪਾਰਟੀਆਂ ਸੁਣੇ ਸਾਡੀ ਪਾਰਟੀ ਬਿਜਲੀ 'ਤੇ ਪੈ ਗਈ, ਪਰ ਲੋਕ ਬੜੇ ਸਿਆਣੇ ਨੇ, ਲੋਕ ਬਿਜਲੀ ਬਾਰੇ ਸੋਚਣਗੇ ਵੀ ਅਤੇ ਜਵਾਬ ਵੀ ਦੇਣਗੇ ਸਾਨੂੰ। ਬਿਨਾਂ ਸਿਰ ਪੈਰ ਤੋਂ ਪੋਲੀਟੀਕਲ ਬੰਦਿਆਂ ਨੂੰ ਜੇ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਬਿਜਲੀ ਤਾਂ ਅਸੀਂ ਸਸਤੀ ਕਰਨੀ ਆ ਜਾਂ ਮਹਿੰਗੀ ਕਰਨੀ, ਇਹ ਬਿਆਨਾਂ ਨਾਲ ਨਹੀਂ ਹੁੰਦੀ, ਇਹ ਕੰਮ ਕਰਨ ਨਾਲ ਹੁੰਦੀ। ਉਹ ਤਾਂ ਕੇਜਰੀਵਾਲ ਤੇ ਖੰਭੇ 'ਤੇ ਵੀ ਚੜ੍ਹ ਜਾਏਗਾ, ਉਹਦੀ ਕੋਈ ਗੱਲ ਨਹੀਂ, ਉਹਦਾ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ। ਉਹ ਤਾਂ ਖੰਭੇ 'ਤੇ ਵੀ ਚੜ੍ਹ ਕੇ ਕਹਿ ਦੂਗਾ ਕਿ ਮੈਂ ਖੰਭੇ 'ਤੇ ਚੜ੍ਹ ਗਿਆ, ਵੇਖਿਆ ਨਹੀਂ ਤੁਸੀਂ ਇਲੈਕਸ਼ਨ ਦਾ, ਪਹਿਲਾਂ ਖੰਭਿਆਂ 'ਤੇ ਚੜ੍ਹਿਆ ਸੀ। ਉਹਦੇ 'ਤੇ ਜਾ ਕੇ ਇੰਡਸਟਰੀ ਦਾ ਵੀ ਦੇਖੋ ਕਿ ਕਿੰਨੀ ਬਿਜਲੀ ਕੀ ਰੇਟ ਆ, ਉੱਥੇ ਜਾ ਕੇ ਤੁਸੀਂ ਇੰਟਰਵਿਊ ਇੰਡਸਟਰੀਲਿਸਟਾਂ ਦੇ ਘਰਾਂ ਦੀ ਬਿਜਲੀ ਜਿਹੜੀ ਏ ਸੀ ਲੱਗੇ ਨੇ ਇਹਨਾਂ ਚੀਜ਼ਾਂ ਦੀ, ਇਹ ਪੰਜਾਬ ਗਵਰਨਮੈਂਟ ਨੂੰ ਸਾਰਿਆਂ ਨੂੰ ਧਿਆਨ 'ਚ ਰੱਖਣਾ ਪਏਗਾ। 3 ਰੁਪਏ ਬਿਜਲੀ ਜੇ ਕਰਨੀ ਆ ਅਤੇ ਸਾਨੂੰ ਵਿਕਰਮ ਮਜੀਠੀ ਉਹਨਾਂ ਦੇ ਟਾਈਮ 'ਚ ਜਿਹੜੇ ਆ ਸੋਲਰ ਪਲਾਂਟ ਜਿਹੜੇ ਲੱਗੇ ਸੀ ਉਹਨਾਂ ਦੀ ਸਮੀਖਿਆ ਕਰਨੀ ਪਏਗੀ ਕਿ 15-15, 16 ਰੁਪਏ ਯੂਨਿਟ ਕਿਉਂ ਉਸ ਟਾਈਮ ਦਿੱਤੇ ਗਏ, ਉਹਦਾ ਵੀ ਸਾਨੂੰ ਧਿਆਨ ਕਰਨਾ ਪਏਗਾ। ਉਹ ਵੀ ਐਗਰੀਮੈਂਟ ਦੇਖਣੇ ਪੈਣਗੇ, ਉਹਦੇ ਬਾਅਦ ਜਿਹੜੇ ਉਹ ਰੌਲੀ ਪਾਉਂਦੇ ਨੇ ਉਹਨਾਂ ਮੈਂ ਦੱਸਣਾ ਚਾਹੁੰਦਾ ਕਿ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ, ਜਦੋਂ ਝਗਾ ਚੁੱਕੋਗੇ ਤਾਂ ਉਹਨਾਂ ਦੇ ਢਿੱਡ ਨੰਗਾ ਹੋਣਾ ਕਿ ਵਾਕਿਆ ਹੀ ਇਹਦੇ 'ਚ ਅੱਜ ਤੱਕ ਜੋ ਹੈਗੀ ਆ, ਮੈਂ ਤੁਸੀਂ ਦੇਖਿਆ ਵੀ ਆ, ਮੈਨੂੰ ਸੀਐਮ ਸਾਹਿਬ ਦੀ ਵੀ ਕਈ ਵਾਰ ਨਾਰਾਜ਼ਗੀ ਬਹੁਤ ਜ਼ਿਆਦਾ ਝੱਲਣੀ ਪੈਂਦੀ ਆ,
मैं उन्होंने रिस्पैक्ट भी बड़ी करता, मैं उन्होंने बच्चों वर्गा भी हाँ, पर जो मैं बोल पैंना तो मैं कहते तू वध बोल गया। तो जो तुम चैनल वाले खड़े हो के पूछते हो तो बोलोंगे ना, तो जवाब किनू देवे? लोग कहते हैं कि जेडे बिजली प्रोजेक्ट एग्रीमेंट हुए से तुम कहा कि इन दी समीक्षा करा, वाइट पेपर लैके आवेंगे। ये साढ़े को लोग पूछते हैं कि 5 महीने रह गए, लैके की आओगे, की करोगे? ये बारे असं पहले भी गलत करते हैं। नहीं वेखो गल सुन, प्रधान हमेशा ही बदलते होंगे। जाखड़ साहब भी बदले से, मिसी पठल भी बदली, प्रताप सिंह बाजवा भी इलेक्शन तो पहले बदला गया। पूरी तैयारी साड़ी है जी। अमृतसर तो हरिंदर सिंह की रिपोर्ट।